लाव लंघ है बगत जरानिया दे ना अंग ते ना सौख अजकल जिनी करिए उल्फ ते किसे नाल सजना ओनी हुंदी है मिट्टी खराब अजकल जिनू चंगा कहिए ओही मंदा समझे ओ उल्ट है जमाने दी चाल अजकल करतार चंद महावतां बंद कर ला ना समरे ते ना ओ यार अजकल अल्फ अपना अपना समझिया सी अल्फ अपना अपना समझिया सी फिर हुंदा सी फुलां दे हार पाके मंग मूर्खां दे खुशी मनांदा सा खंडा दन्ना दे नाल प्यार पाके दिते बेच मकान तमाम सारे झुगी बह गया सी बिच उजाड़ पाके मिलकी उम्र ते माल तबाह कीता बुटा सोहणिया दे नाल प्यार पाके ना मालूम था हमें कि तुझसे मोहब्बत हो गई ना मालूम था हमें कि तुझसे मोहब्बत होगी रंज पे रंज और मुसीबत पे मुसीबत होगी दिल तो चाहता है कि चल यार के मिलने के लिए मगर शर्म कहती है कि तू ना जा बड़ी जिल्लत होगी मैंने पूछा था कि कभी फिर भी मिलोगे साहब वो हंस कर फरमाने लगे हमें के जद फुर्सत होगी और किसी ने मजनू से जाकर कहा कि तुझे अल्लाह बुलाता है किसी ने मजनू से जाकर कहा तुझे अल्लाह बुलाता है मजनू ने फिर आगे फिक्रा सुनाया चल रे चल नदान ये मजनू क्यों अल्लाह के पास जावे अगर खुदा खुदा को जरूरत है तो ले ला ही मन करा। सत श्री अकाल अस्सलाम वालेकुम जी मैं आया सां जी पिंड घोगरा तहसील दसूहा जिला हुशियारपुर ये पिंड दसूहे तो पहाड़ साइड कुछ 6 किलोमीटर उत्ते वसिया हुआ एक छोटा जा कस्बा है वंड 1947 तो पहला ये पूरा पिंड मुसलमान जट्टा का होया करता सी इस चढ़ते डुगर मुसलमाना के पिंड सन तो लेंदे सन अवान मुसलमाना के पिंड अज साढ़े मौजूद ने इस पिंड के पक्के बछिंदे जो 1947 तो पहला परिवार के नाल इस पिंड रह रहे सन इन्हां कोल पुछांगे 1947 के हालात कि इत्थों जाण लग्गिया जट मुसलमान किवें हिजरत करके गए और किवें वसदे सन सारियां गल्लां बातां सारे हालात इन्हां कोल जाणांगे। सत श्री अकाल। सत श्री अकाल जी की हाल चाल जी? बहुत बढ़िया शुक्र है मालिक दा। तुहाडा नां की है जी? साईं दास। ਤੁਹਾਡੇ ਬਾਪੂ ਜੀ ਦਾ ਚੂੜਾ ਰਾਮ ਦਾਦਾ ਜੀ ਦਾ ਚਿੱਤੇ ਆ? ਹਾਂਜੀ। ਦਾਦਾ ਜੀ ਦਾ ਬਾਬਾ ਜੀ ਕਪੂਰਾ। ਕਪੂਰਾ ਤੁਹਾਡੀ ਉਮਰ ਕਿੰਨੀ ਇਸ ਵਕਤ? 90 ਸਾਲ। ਵਾਹ ਜੀ ਵਾਹ। ਸਕੂਲ ਗਏ ਸੋ? ਹੈਂ ਸਕੂਲ ਗਏ ਸੋ ਸਕੂਲ ਗਏ ਗਏ ਸਕੂਲ ਬਿਲਕੁਲ ਕਿੰਨੀ ਜਮਤਾਂ ਪੜ੍ਹੇ ਹੋ? ਮੈਟ੍ਰਿਕ 50 ਮੈਟ੍ਰਿਕ। ਵਾਹ ਅੱਛਾ ਜੀ। ਆਹ ਕਿਹੜਾ ਪਿੰਡ ਜਿੱਥੇ ਬੈਠੇ ਹੋ? ਘੋਗਰਾ। ਇਹਦੀ ਤਹਿਸੀਲ? ਹੈ ਦਸੂਹਾ। ਦਸੂਹਾ ਅਤੇ ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ ਇਹਦੇ ਆਲੇ ਦੁਆਲੇ ਦੇ ਪਿੰਡ ਗਿਣਾ ਦਿਓ। ਇੱਧਰ ਤੋਏ ਹੈਗੇ ਆ। ਹਾਂਜੀ। ਇੱਧਰ ਨਾਲ ਹਲੇੜ ਹੈ, ਦੌਲੋਵਾਲ ਹੈ, ਇੱਧਰ ਅੱਗੇ ਜਾ ਕੇ ਨੰਗਲ ਆ ਗਿਆ, ਇੱਧਰ ਸਗਰਾਂ ਪੈ ਗਈਆਂ ਪਿੱਛੇ ਛੋਟਾ ਸੀ। ਦੋ ਬੜੇ ਤੁਹਾਡੇ ਭਾਈ? ਠੀਕ ਹੈ। ਤੁਹਾਡੇ ਬਾਪੂ ਜੀ ਦੇ ਤੁਹਾਡੇ ਪਿਤਾ ਜੀ ਦੇ ਕਿੰਨੇ ਭਾਈ ਸਨ? ਉਹ ਦੋ ਭਰਾ ਸੀ। ਕੀ ਨਾਂ ਸੀ ਉਹਨਾਂ ਦੇ? ਇੱਕ ਤਾਂ ਚਰਨ ਦਾ ਸੀ, ਉਹ ਛੋਟਾ ਹੀ ਸਾਡੇ ਬਾਪੂ, ਉਹਨੂੰ ਚਾਚਾ ਹੀ ਸਾਡੇ ਦਿੰਦੇ ਸੀ। ਹਾਂਜੀ। ਅੱਛਾ ਜੀ। ਜਦੋਂ ਪਾਕਿਸਤਾਨ ਬਣਿਆ ਉਦੋਂ ਤੁਹਾਨੂੰ ਪੂਰੀ ਸੰਭਾਲ ਹੈ? ਹਾਂਜੀ। ਜਦੋਂ ਪਾਕਿਸਤਾਨ ਬਣਿਆ ਪੂਰੀ ਸੰਭਾਲ ਹੈ? ਪਾਕਿਸਤਾਨ ਬਣਿਆ ਸੀ ਉਦੋਂ ਪੜ੍ਹਦਾ ਸੀ। ਕਿੰਨਵੀਂ ਜਮਾਤ 'ਚ? ਕੋਈ 8ਵੀਂ ਵਿੱਚ ਲਗਾ ਲਓ। ਕਿੱਥੇ ਜਾਂਦੇ ਸੀ ਪੜ੍ਹਨ? ਦਸੂਹੇ। ਦਸੂਹੇ ਕਿਹੜੇ ਸਕੂਲ 'ਚ? ਅਸਲਾਮੀਆ ਸਕੂਲ ਸੀ। ਵਾਹ ਜੀ। ਅੱਛਾ ਜੀ। ਹਾਂ, ਅੱਜ ਕੱਲ੍ਹ ਖਾਲਸਾ ਸਕੂਲ ਬਣ ਗਿਆ। ਉੱਥੇ ਮੌਲਵੀ ਕਿਹੜਾ ਪੜ੍ਹਾਉਂਦਾ? ਮੌਲਵੀ ਉਸਤਾਦ ਕਿਹੜਾ ਸੀ ਪੜ੍ਹਾਉਂਦਾ? ਹੈਂ ਉਸਤਾਦ ਉਸਤਾਦ
उस वक्त हेडमास्टर से मिर्जा मोहम्मद बेग मास्टर तो किन्ने जी पता नहीं केड़े केड़े जी अच्छा जी मिर्जा मोहम्मद बेग का पता है मिर्जा मोहम्मद बेग का पता ना दा मिर्जा मोहम्मद बेग के ना का पता कोई पता एक कोई पता इको मास्टर नाम का खैरदीन हुंदा सी ਭੁੱਲ ਗਿਆ ਬਹੁਤ ਚਿਰ ਹੋ ਗਿਆ ਕਿਹੜੇ ਮਾਸਟਰ ਦੇ ਨਾਂ ਤੇ ਸਿੱਖ ਮਾਸਟਰ ਕਿਹੜਾ ਸੀ ਹੈ ਸਿੱਖ ਸਿੱਖ ਵੀ ਆ ਸੀ ਮਾਸਟਰ ਕੋਈ ਸਿੱਖਾਂ ਹਿੰਦੂ ਸਿੱਖ ਆਇਆ ਸੀ ਮਾਸਟਰ ਕੋਈ ਨਹੀਂ ਹਿੰਦੂ ਸਿੱਖਾਂ ਚੋਂ ਨਹੀਂ ਹਿੰਦੂ ਸਿੱਖਾਂ ਚੋਂ ਮਾਸਟਰ ਆਇਆ ਸੀ ਕੁਛ ਗਿਆਨੀ ਵੀ ਸੀਗੇ ਸਾਨੂੰ ਪੜ੍ਹਾਉਂਦੇ ਉੱਥੇ ਇੱਕ ਬੈਂਡ ਮਾਸਟਰ ਫਿਰ ਦੋਨੇ ਸਰਦਾਰ ਸੀ ਅੱਛਾ ਕੀ ਨਾਂ ਸੀ ਉਹਨਾਂ ਦੇ ਜਮਾਤੀਆਂ ਦਾ ਨਾਂ ਚੇਤੇ ਨੇ ਤੁਹਾਨੂੰ ਜਮਾਤੀਆਂ ਦਾ ਨਾਂ ਕੋਈ ਨਾਂ ਨੀ ਯਾਦ ਜਮਾਤੀਆਂ ਦੇ ਜਿਹੜੇ ਤੁਹਾਨੂੰ ਤੁਹਾਡੇ ਨਾਲ ਨਾਲ ਪੜ੍ਹਦੇ ਸਾਡੇ ਮੁੰਡੇ ਮੁਸਲਮਾਨਾਂ ਦੇ ਨਾਂ ਚੇਤੇ ਨੇ ਫੁੱਲ ਪਲ ਗਏ ਘੋਗਰੇ ਹੈ ਸੀ ਚੌਥੀ ਇੱਥੇ ਕੀਤੀ ਕੀਤੀ ਪੰਜਵੀਂ ਢੱਡਰਾਂ ਅੱਛਾ ਹੈਡਮਾਸਟਰ ਸੀ ਗੁਲਾਮਰ ਸਕੂਲ ਹੈਡਮਾਸਟਰ ਸੀ ਕੀ ਪੜ੍ਹਾਉਂਦਾ ਸੀ ਉਹ ਸਾਨੂੰ ਤਾਂ ਪੜ੍ਹਾਉਂਦਾ ਨਹੀਂ ਸੀ ਉਹ ਸਾਨੂੰ ਤਾਂ ਦੂਸਰਾ ਕੁਝ ਜਮਾਤੀਆਂ ਦੇ ਨਾਂ ਲਓ ਜਮਾਤੀਆਂ ਦੇ ਨਾਂ ਲਓ ਇੱਕ ਦੌਲਤ ਰਾਮ ਸੀਗਾ ਦਸੂਏ ਦਾ ਪੜਾਉਂਦਾ ਹਾਂ ਦੋ ਹੀ ਸੀਗੇ ਬਾਕੀ ਤੇ ਜਮਾਤੀਆਂ ਦੇ ਨਾਂ ਲਓ ਬਾਕੀ ਛੋਟੇ ਜਿਹੇ ਸਕੂਲਾਂ ਵੀ ਛੋਟੇ ਬੱਚਿਆਂ ਨੂੰ ਪੜਾਉਂਦੇ ਸੀ ਮੁੰਡੇ ਕਿਹੜੇ ਕਿਹੜੇ ਪੜ੍ਹਦੇ ਸਨ ਤੁਹਾਡੇ ਨਾਲ ਇੱਥੇ ਢੱਡਰਾਂ ਕਿਹੜੇ ਕਿਹੜੇ ਪੜ੍ਹਦੇ ਸਨ ਢੱਡਰਾਂ ਦੇ ਨਾਲ ਹੀ ਹੈ ਮਾਖੂਆ ਦੇ ਨਾਲ ਬਟ ਮੁੰਡੇ ਕਿਹੜੇ ਕਿਹੜੇ ਪੜ੍ਹਦੇ ਸਨ ਨਾਲ ਤੁਹਾਡੇ ਮੁੰਡੇ ਕਿਹੜੇ ਕਿਹੜੇ ਪੜ੍ਹਦੇ ਸਨ ਮੁੰਡੇ ਮੁਸਲਮਾਨਾਂ ਦੇ ਜਮੀਲ ਹੁੰਦਾ ਸੀ ਇੱਕ ਅਸਮਾਇਲ ਸੀਗਾ ਬਾਕੀ ਢੱਡਰਾਂ ਦੇ ਇੱਕ ਰਾਮਨਾਥ ਹੁੰਦਾ ਸੀ ਜੇ ਬਾਪੂ ਜੀ ਤੁਹਾਡਾ ਕੀ ਨਾਂ ਆਇਆ ਕਰਤਾਰ ਚੰਦ ਤੁਹਾਡੇ ਬਾਪੂ ਜੀ ਦਾ ਮੁਨਸ਼ੀ ਰਾਮ ਤੇ ਦਾਦਾ ਜੀ ਦਾ ਚੇਤੇ ਆ ਦਾਦੇ ਦਾ ਹਾਂਜੀ ਸਾਧੂ ਰਾਮ ਸਾਧੂ ਰਾਮ ਅੱਛਾ ਤੁਹਾਡੀ ਬਰਾਦਰੀ ਕਿਹੜੀ ਦੋਨਾਂ ਦੀ ਸਾਡੀ ਬਰਾਦਰੀ ਇੱਕੋ ਹੀ ਆ ਈਸਾਈ ਬਰਾਦਰੀ ਈਸਾਈ ਬਰਾਦਰੀ ਬਿਲੋਂਗ ਆਧਰਮੀ ਆਧਰਮੀ ਹੋ ਠੀਕ ਹੈ ਗੋਤ ਕਿਹੜੀ ਤੁਹਾਡੀ ਗੋਤ ਕਿਹੜੀ ਆ ਕਤਨੌਰੀ ਏ ਅੱਛਾ ਕਤਨੌਰੀ ਦਾ ਗੋਤ ਆ ਤੁਸੀਂ ਕਿੰਨੇ ਸਾਲਾਂ ਦੇ ਪਾਕਿਸਤਾਨ ਬਣੇ ਆ ਮੁਸਲਮਾਨ ਦਾ ਸਨ 47 ਗਏ ਹਾਂ 47 ਜੀ ਕਿੰਨੇ ਸਾਲ ਦੇ ਤੁਸੀਂ 15 16 17 ਸਾਲ ਦਾ ਸੀਗਾ ਸੰਭਾਲਾ ਪੂਰੀ ਤੁਹਾਨੂੰ ਹਾਂ ਇਹਦਾ ਤਾਂ ਮੇਰਾ ਇੱਕੋ ਸਾਲ ਦਾ ਜਨਮ ਹੈ ਅੱਛਾ ਦੋਨੋਂ ਬਰਾਬਰ ਹੈ ਹਾਂ ਬਰਾਬਰ ਹੈ ਤਾਂ 5 ਮਹੀਨੇ ਬੜਾ ਮੈਂ ਤੂੰ ਅੱਛਾ ਜੀ ਬਸ ਇੱਕੋ ਸਕੂਲ 'ਚ ਪੜ੍ਹੇ ਹੋ ਇੱਕੋ ਸਕੂਲ 'ਚ ਤੁਸੀਂ ਕਿੰਨੀ ਜਮਾਤਾਂ ਪੜ੍ਹੇ ਹੋ ਮੈਂ ਸਿਰਫ ਪ੍ਰਾਇਮਰੀ ਤੱਕ 4 ਅੱਛਾ ਤੁਸੀਂ ਦਸੂਏ ਨਹੀਂ ਗਏ ਮੈਂ ਕੰਮ ਫਿਰ ਸਿੱਖਣ ਲੱਗ ਪਿਆ ਸੀ ਬੂਟਾਂ ਦਾ ਅੱਛਾ ਹਾਂ ਤਾਂ ਇਹ ਲਗਾ ਰਹੇ ਉੱਥੇ ਗੱਲ ਆ ਮੈਂ ਵੈਸੇ ਤਰੱਕੀ ਕਰ ਗਿਆ ਕਿ ਮੈਂ ਕਿਤਾਬਾਂ ਕਿਤਾਬਾਂ ਦੇਖਦਾ ਰਿਹਾ ਇਸ ਕਰਕੇ ਅੱਛਾ ਤਾਂ ਮੈਂ ਦੱਸ ਰਿਹਾ ਅਤੇ ਬਠਾਲੇਦਾਰ ਜਿਹੜਾ ਬਾਲੀ ਮਾਮਲੇ ਥਾਣੇਦਾਰ ਸੀਗਾ ਅਬਦੁਲ ਕਪੂਰ ਦਾ ਮੁੰਡੇ ਦਾ ਨਾਂ ਸੀ ਕਿੱਥੇ ਦਾ ਇੱਥੇ ਘੋਗਰੇ ਦੇ ਘੋਗਰੇ ਦਾ ਆਹੋ ਅੱਛਾ ਇੱਥੇ ਦੇ ਨਾਲ ਥਾਣੇਦਾਰ ਸੀ ਕੀ ਨਾਂ ਸੀ ਉਹਦਾ ਬਲੀ ਮੁਹੰਮਦ ਬਲੀ ਮੁਹੰਮਦ ਗਫੂਰ ਗਫੂਰ ਹੀ ਸੀਗਾ ਮੁੰਡੇ ਦਾ ਅਬਦੁਲ ਕਪੂਰ ਅਬਦੁਲ ਕਪੂਰ ਸੀ ਉਹਦਾ ਨਾਂ ਉਹਦੇ ਮੁੰਡੇ ਦਾ ਨਾਂ ਆਹੋ ਇੱਕ ਅਬਦੁਲ ਥਾਣੇਦਾਰ ਦਾ ਮੁੰਡਾ ਜਿਹੜਾ ਸੀ ਉਹ ਸਾਡੇ ਨਾਲ ਪੜ੍ਹਦੇ ਪੜ੍ਹਦੇ ਰਹੇ ਕਿੰਨੇ ਘਰ ਸਨ ਇੱਥੇ ਮੁਸਲਮਾਨਾਂ ਦੇ ਹੈ ਮੁਸਲਮਾਨਾਂ ਦੇ ਕਿੰਨੇ ਘਰ ਸਨ ਇੱਥੇ ਘਰ ਇੱਥੇ ਗਲੀਆਂ ਨਹੀਂ ਪਾਰ ਨਹੀਂ ਕਰ ਸਕਦੇ ਸੀ ਇੰਨਾ ਸਗੜਾ ਸੀ ਪਿੰਡ ਹੱਦ ਤੋਂ ਵੱਧ ਵੱਡਾ ਪਿੰਡ ਸੀ ਚਾਰ ਲੰਬੜ ਚਾਰੇ ਪੱਤੀਆਂ ਦੇ ਚਾਰੇ ਲੰਬੜ ਇੱਥੇ ਦੇ ਅਤੇ ਸਾਰੇ ਚਾਰ ਚਾਰ ਪੱਤੀਆਂ ਆਪਾਂ ਆਪਣੇ ਜੇ ਜਿਹਾ ਲਹਿੰਦਾ ਚੜ੍ਹਦਾ ਨੱਖਣ ਕੁੱਟਦਾ ਚਾਰ ਪੱਤੀਆਂ ਲੰਬੜਾਂ ਦਾ ਨਾਂ ਚੇਤੇ ਨੇ ਹੈ ਲੰਬੜਾਂ ਦੇ ਨਾਮ ਲੰਬੜਾਂ ਦਾ ਆਹੋ ਦੱਸੋ ਜ਼ਰਾ
ਲੰਬੜ ਦਾ ਨਾਂ ਸੀਗਾ ਮੁਹੰਮਦ ਸਦੀਕ ਮੁਹੰਮਦ ਸੇ ਸੀ ਹਾਂਜੀ ਉਹਦਾ ਨਾਂ ਉਹ ਸਦੀਕ ਸੀਗਾ ਸਕੂਲੇ ਜਿਹੜਾ ਦਿੰਦਾ ਸੀ ਸਦੀਕ ਸਕੂਲੇ ਜਿਹੜਾ ਸੀ ਉਹ ਵੀ ਉੱਥੇ ਕਿਹੜਾ ਵਕਤ ਦਾ ਪੜ੍ਹਦਾ ਸੀ ਉਹ ਇੱਦਾਂ ਹੁਣ ਹੈਗੀਆਂ ਨਾ ਵੀ ਯਾਦ ਅਸਤੇ ਬਹੁਤ ਭੁੱਲ ਗਈ ਜ਼ੋਰ ਘੱਟ ਗਈ ਯਾਦ ਬਹੁਤ ਉਮਰ ਦੇ ਹਿਸਾਬ ਨਾਲ ਇੱਕ ਮੇਰੀ ਅੱਖ ਪਾਇਆ ਹੈਗਾ ਲੈ ਕੇ ਇਹਦੇ ਨਾਲ ਖੂਨ ਨਿਕਲ ਗਿਆ ਬਾਕੀ ਸਾਰੇ ਮੁਸਲਮਾਨ ਜਿਹੜੇ ਸਭ ਜਾਣਦੇ ਕੁਝ ਨਾਂ ਲਓ ਉਹਨਾਂ ਦੇ ਮੁਸਲਮਾਨਾਂ ਦੇ ਵੱਡਿਆਂ ਦੇ ਜਿਹੜੇ ਮਸ਼ਹੂਰ ਸਨ ਲੰਬੜਦਾਰ ਹੋ ਗਿਆ ਅਤੇ ਹੋਰ ਜਿਹੜਾ ਚੌਧਰੀ ਸੀ ਇਲਾਕੇ ਦਾ ਉਹ ਲੰਬੜਾਂ ਦਾ ਕੀ ਸੀਗਾ ਜਿਹੜਾ ਰਾਖਾ ਸੀਗਾ ਰਾਖਾ ਲੰਬੜ ਜਿਹੜਾ ਅਲੀ ਸ਼ੇਰ ਉਹਨਾਂ ਦੀ ਹੈ ਉਮਰਦੀਨ ਉਮਰਦੀਨ ਮਾਸਟਰ ਅਲੀ ਸ਼ੇਰ ਉਹਨਾਂ ਦਾ ਭਰਾ ਬਾਜਾ ਸਾਦਾ ਸੀ ਆਹੋ ਬਾਜਾ ਤੇ ਸਾਦਾ ਹਾਂ ਬਾਜਾ ਸਾਦਾ ਆ ਗਏ ਅੱਛਾ ਇਸ ਪਿੰਡ ਦਾ ਇੱਕ ਮੁੰਡਾ ਸਾਡਾ ਦਾ ਸਾਡਾ ਪੜਦਾ ਉਹਦਾ ਸੀ ਬਾਲੋ ਖੁਰਸ਼ੀਦ ਅਹਿਮਦ ਹੈ ਖੁਰਸ਼ੀਦ ਅਹਿਮਦ ਆਹ ਸਾਡੇ ਹਲੇੜ ਦੇ ਵਿੱਚ ਸਾਰੇ ਤੁਹਾਡੇ ਪਿੰਡ ਦੇ ਸਾਨੂੰ ਹਾਂ ਵਾਕਫ ਵੀ ਸਾਰੇ ਪਰ ਹੁਣ ਜਿਹੜਾ ਕਿ ਜ਼ਿਆਦਾ ਭੁੱਲ ਗਈ ਯਾਰ ਅੱਛਾ ਪਿੰਡ 'ਚ ਹੁੰਦਾ ਸਕੂਲ ਦੇ ਵਿੱਚ ਚੌਕੀਦਾਰ ਹੁੰਦਾ ਇੱਕ ਅਤੇ ਇੱਕ ਹੁੰਦਾ ਚਪੜਾਸੀ ਉਹ ਕਿਹੜੇ ਪਿੰਡ ਦੇ ਸਨ ਚਪੜਾਸੀ ਸਕੂਲ ਦਾ ਘੰਟੀ ਵਜਾਉਂਦਾ ਹੁੰਦਾ ਜਿਹੜਾ ਉਹ ਕਿਹੜੇ ਪਿੰਡ ਦਾ ਸੀ ਕੌਣ ਚਪੜਾਸੀ ਘੰਟੀ ਵਜਾਉਣ ਵਾਲਾ ਸਕੂਲ ਦੀ ਅੱਛਾ ਘੰਟੀ ਨਹੀਂ ਵੱਜਦੀ ਸਕੂਲ ਲੱਗਦਾ ਸੀ ਨਾ 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 ਕੋਈ ਚਪੜਾਸੀ ਨਹੀਂ ਲੱਗਦਾ ਅੱਛਾ ਜਿਹੜੇ ਮੁਸਲਮਾਨ ਤੁਹਾਡੇ ਪਿੰਡ ਇਹ ਘੋਗਰੇ ਤੋਂ ਗਏ ਨੇ ਉਹ ਕਿਹੜੀ ਬਰਾਦਰੀ ਦੇ ਸਨ ਕਿਹੜੀ ਬਰਾਦਰੀ ਅਵਾਨ ਸਨ ਡੋਗਰ ਸਨ ਜੱਟ ਸਨ ਚੰਗੇ ਬਹੁਤ ਸਨ ਤੁਹਾਡੇ ਪਿੰਡ ਦੇ ਭਲੇ ਮਾਨ ਸਨ ਬਰਾਬਰ ਵੀ ਸੀਗਾ ਕੋਈ ਵਿਚਾਰ ਹੀ ਨਹੀਂ ਸੀ ਰੋਟੀਆਂ ਇਕੱਠੀਆਂ ਬਹਿ ਕੇ ਖਾਂਦੇ ਕੋਈ ਵਿਚਾਰ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ ਜੱਟਾਂ ਦੇ ਪਿੰਡ ਹਲੇੜ ਸੀ ਨਾਲ ਤੁਹਾਡੇ ਹੈ ਜੱਟਾਂ ਦੇ ਪਿੰਡ ਇੱਕੋ ਹੀ ਹਲੇੜ ਸੀ ਇਹ ਸਾਰਾ ਮੁਸਲਮਾਨਾਂ ਦਾ ਸੀ ਹਲੇੜ ਨਹੀਂ ਉੱਥੇ ਦੇ ਮੁਸਲਮਾਨ ਹਲੇੜ ਸੀ ਨਹੀਂ ਉਹ ਸਭ ਸਾਰੇ ਜੱਟ ਸੀ ਉੱਥੇ ਸਾਰੇ ਜੱਟ ਝੀਲ ਦਰਖਾਨ ਇੱਦਾਂ ਹੀ ਉਹਨਾਂ ਨਾਲ ਮਿਲਵਰਤਨ ਪੂਰਾ ਸੀ ਇਹਨਾਂ ਦਾ ਹਲੇੜ ਵਾਲਿਆਂ ਦਾ ਬਹੁਤ ਅੱਛਾ ਬਹੁਤ ਵਧੀਆ ਭਰਾ ਦੇ ਭਰਾ ਸਮਝਦੇ ਸੀ ਧੀ ਦੇ ਧੀ ਮਾਂ ਨੂੰ ਮਾਂ ਭੈਣ ਨੂੰ ਭੈਣ ਪਰਚਾਈ ਪੜ੍ਹਦੇ ਜ਼ਿਆਦਾ ਸੀ ਲੇਕਿਨ ਦੋ ਮੁੰਡੇ ਤਾਂ ਸਾਨੂੰ ਜਾ ਸਾਡੇ ਨਾਲ ਪੜ੍ਹਦੇ ਇੱਕ ਅਮਰੀਕ ਸਿੰਘ ਸੀਗਾ ਅਮਰੀਕ ਸਿੰਘ ਹਲੇੜ ਦਾ ਇੱਕ ਫਕੀਰ ਸਿੰਘ ਪ੍ਰਤਾਪ ਸਿੰਘ ਉਹਨਾਂ ਦੇ ਪੇਜ ਦਾ ਨਾਂ ਉਹਨਾਂ ਦੇ ਪੇਜ ਦਾ ਨਾਂ ਪ੍ਰਤਾਪ ਸਿੰਘ ਸੀ ਦਰਖਾਨ ਅਮਰੀਕ ਸਿੰਘ ਸਾਡੇ ਨਾਲ ਪੜ੍ਹਦਾ ਸਾਡੇ ਨਾਲ ਇਕੱਠੇ ਹੀ ਉਹ ਕਾਰਪੈਂਟਰ ਸੀ ਅੱਛਾ ਜੀ ਉਹ ਦੂਸਰਾ ਜੱਟ ਦੋਹਾਂ ਬੰਦੀਆਂ ਕਹਿੰਦੇ ਫਸਵੇਰ ਨੂੰ ਉੱਠ ਕੇ ਦੋਹਾਂ ਜਣੇ ਨੇ ਕਹੀ ਖੜੇ ਆਉਣਾ ਅਮਰੀਕ ਨੇ ਤਾਂ ਮੈਂ ਇਹਨੂੰ ਪਤਾ ਜੀ ਅੱਛਾ ਤੁਹਾਡੇ ਹਾਣ ਦੇ ਮੁੰਡੇ ਪਿੰਡ ਦੇ ਮੁਸਲਮਾਨ ਜਿਹੜੇ ਸਨ ਰੰਗੜ ਕੀ ਦੱਸਿਆ ਉਹ ਕਾਠੜੇ ਜੱਟ ਉਹਨਾਂ ਦੇ ਹਾਣ ਦੇ ਮੁੰਡੇ ਆਏ ਸਨ ਤੁਹਾਡੇ ਯਾਰ ਬੇਲੀ ਮੁਸਲਮਾਨਾਂ ਦੇ ਮੁੰਡੇ ਹੈ ਨਹੀਂ ਹੁਣ ਨਹੀਂ ਸਨ ਖਤਮ ਹੋ ਗਏ ਨਹੀਂ ਉਦੋਂ ਹੈ ਸਨ ਯਾਰ ਬੇਲੀ ਤੁਹਾਡੇ ਦੋਸਤ ਹੁਣ ਹੈ ਨਹੀਂ ਕੋਈ ਵੀ ਰਹਿ ਗਿਆ ਹੁਣ ਤੇ ਹੈ ਹੁਣ ਕੁਛ ਨਹੀਂ ਕਿਹੜੇ ਕਿਹੜੇ ਯਾਰ ਸਨ ਦੱਸੋ ਜੀ ਅਬਦੁਲ ਗਫੂਰ ਸੀਗਾ ਇੱਕ ਖੁਰਸ਼ੀਦ ਅਹਿਮਦ ਸੀਗਾ ਚੌਥੀ 'ਚ ਪੜ੍ਹਦੇ ਇਕੱਠੇ ਅੱਛਾ ਜੀ ਇੱਕ ਫੈਜ ਮੁਹੰਮਦ ਸੀਗਾ ਪਾਕਿਸਤਾਨ ਚਲੇ ਗਏ ਬਾਲੋ ਸੀ ਇੱਕ ਬਾਲੋ ਰਹਿ ਗਏ ਤੁਹਾਡੇ ਘਰ ਕਿੰਨੇ ਸਨ ਆਤਰਮੀਆਂ ਇੱਥੇ ਸਾਡੇ ਘਰ ਕਿੰਨੇ ਕਿੰਨੇ ਦੇ ਘਰ ਸਨ ਇੱਥੇ ਆਤਰਮੀਆਂ ਦੇ ਮੰਗਤਾ ਲਾ ਲਾ ਫਿਰ ਰੁਲੀਆ ਲਾ ਲਾ ਈਸ਼ਰ ਲਾ ਲਾ ਹੈ ਨਾ ਉਹ ਵੀ ਉਹ ਪਟੋਇਆਂ 'ਚ ਸੀਗੇ ਅਸੀਂ ਕਸੀ ਕੱਢਣਾ ਉਹਦੇ ਹੈ ਦਲੀਪਾ ਆਹੋ
रलिया बाबू मुंशी घर जेडे कचलौरिये है असी है ठीक है कचलौरिये घर ज्यादा ਤੁਹਾਡਾ ਮਹੱਲਾ ਵੱਖਰਾ ਸੀ ਹਾਂ ਵੱਖਰਾ ਵੱਖਰਾ ਜੀ ਅੱਛਾ ਆ ਜਿਹੜਾ ਮਹੱਲਾ ਵੱਖਰਾ ਜੀ ਵੱਖਰਾ ਤੁਹਾਡਾ ਸੀ ਉਹ ਵੱਖਰਾ ਵੀ ਕਹਦਾ ਵੈਸੇ ਗੋਤ ਹੀ ਹੈ ਜਿਹੜਾ ਕਿ ਹੋਰ ਵੱਖਰੇ ਹੋਰ ਤੇ ਮੁਸਲਮਾਨ ਕਿਸ ਪਾਸੇ ਰਹਿੰਦੇ ਸਨ ਹੈ ਮੁਸਲਮਾਨ ਪਿੰਡ ਦੇ ਕਿਹੜੇ ਪਾਸੇ ਰਹਿੰਦੇ ਸਨ ਮੁਸਲਮਾਨ ਆ ਪਿੰਡ ਮੁਸਲਮਾਨਾਂ ਦਾ ਜੀ ਸਾਰਾ ਹੀ ਪਰ ਸਾਰਾ ਹੀ ਪਿੰਡ ਇਹਨਾਂ ਨੇ ਅਗਲੀਆਂ ਸੰਗਣਾ ਬਹੁਤ ਸਗਾ ਬੜਾ ਪਿਆਰ ਪ੍ਰੇਮ ਸੀ ਆਪਾਂ ਬਾਹਰ ਹਵੇਲੀਆਂ 'ਚ ਰਹਿੰਦੇ ਸੀਗੇ ਬਹੁਤ ਸਗਲਾ ਸੀ ਪੂਰੀ ਸਾਂਝ ਮੁਹੱਬਤ ਸੀ ਆਪਸ 'ਚ ਹੈ ਬੜਾ ਪਿਆਰ ਮੁਹੱਬਤ ਸੀ ਬੜੇ ਪਿਆਰ ਮੁਹੱਬਤ ਹੁੰਦੇ ਅੱਛਾ ਮਸਜਿਦ ਕਿੱਥੇ ਸੀ ਪਿੰਡ 'ਚ ਮਸੀਤ ਮਸਜਿਦ ਕਿੱਥੇ ਸੀ ਇੱਥੇ ਮਸੀਤ ਮਸੀਤ ਕਿੱਥੇ ਸੀ ਹਾਂਜੀ ਮਸੀਤਾਂ ਚਾਰ ਸੀਗੀਆਂ ਚਾਰ ਮਸੀਤਾਂ ਇੱਥੇ ਅੱਛਾ ਜੀ ਹਾਂਜੀ ਖੂਹ ਵੀ ਚਾਰ ਹੀ ਚਾਰ ਹੀ ਮਸੀਤਾਂ ਖੂਹ ਵੀ ਚਾਰ ਕਹਿੰਦੇ ਵੀ ਚਾਰ ਹੀ ਖੂਹ ਸੀ ਹੁਣ ਹੈ ਨੀ ਪੰਜ ਬੰਦ ਕਰਤੇ ਹੈਗੇ ਬੰਦ ਕੀਤੇ ਖੂਹ ਬੰਦ ਕਰਤੇ ਤੇ ਮਸੀਤਾਂ 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 ਵੀ ਉਹ ਵੀ ਘੱਟ ਹੋ ਗਈਆਂ ਤੇ ਹੈਗੀਆਂ ਨੇ ਪੱਕੀਆਂ ਸਨ ਹੋਰ ਪੱਕੀਆਂ ਪੱਕੀਆਂ ਵੀ ਢਾ ਗਈਆਂ ਪੱਕੀਆਂ ਕਬਜ਼ੇ ਹੋ ਗਏ ਪੱਕੀਆਂ ਹੀ ਸੀਗੀਆਂ ਬਾਕੀ ਪਿੰਡ ਸਾਰਾ ਕੱਚਾ ਹੀ ਸੀਗਾ ਕਬਜ਼ੇ ਹੋ ਗਏ ਉਹਨਾਂ ਤੇ ਕਬਜ਼ੇ ਹੋ ਗਏ ਨੇ ਮਸੀਤਾਂ ਤੇ ਕਬਜ਼ੇ ਹੋ ਗਏ ਨੇ ਜਿਹੜੇ ਜਿਹੜੇ ਅਫਸਰ ਲੱਗੇ ਸੀ ਉਹਨਾਂ ਨੇ ਮਕਾਨ ਬਣਾ ਲਏ ਸੀ ਬੜੇ ਬੜੇ ਅੱਛਾ ਜੀ ਕੋਈ ਮਸੀਤ ਨਹੀਂ ਰਹੀ ਬਾਕੀ ਹੁਣ ਤਾਂ ਘਰ ਹੀ ਘਰ ਨਜ਼ਰ ਆ ਰਹੇ ਤਾਂ ਵੀ ਖੁਦ ਭੁੱਲ ਗਏ ਆਪਣੇ ਪਿੰਡ ਨੂੰ ਮੈਂ 48 55 ਸਾਲ ਬਾਅਦ ਤਾਂ ਮੈਂ ਦਿੱਲੀਓਂ ਅੱਛਾ ਦਿੱਲੀ ਚਲ ਗਈ ਸਰਵਿਸ ਕਰਤੇ ਬਹਾਦਰ ਨਾਲ ਬਹਾਦਰ ਨਾਲ ਕੀਤੀ ਹੈ ਬਹਾਦਰ ਬਹਾਦਰ ਹੋਰ ਹੋਰ ਬਾਬਾ ਸਿੰਘ ਬਾਬਾ ਸਿੰਘ ਜੱਗਾ ਸਾਰੇ ਯਾਰ ਹੈਗੇ ਆ ਹੁਣ ਮੈਂ ਦੱਸਿਆ ਮੈਂ ਨਾਂ ਥੋੜ੍ਹਾ ਸਾਰੇ ਚੇਤੇ ਵੀ ਆਉਂਦੇ ਨੇ ਆਉਂਦੇ ਜਿਹੜਾ ਠਹਿਰ ਕੇ ਆ ਲਾਭ ਸਿੰਘ ਹਾਂ ਔਰ ਗੌਂਸ ਪਰ ਹੋਇਆ ਟੇਰਕਿਆਣਾ ਹੋਇਆ ਸਾਰੇ ਜਿਹੜੇ ਹੈਗੇ ਇਹਦੇ ਦੇ ਇਹ ਸਾਰੇ ਵੱਖ ਵੀ ਸੀਗੇ ਅੱਛਾ ਜੀ ਸਭ ਉੱਥੇ ਭਾਜੀ ਠੀਕ ਅੱਛਾ ਜਦੋਂ ਉਹਨਾਂ ਦੀ ਦਿਨ ਤਿਉਹਾਰ ਹੁੰਦਾ ਸੀ ਮੁਸਲਮਾਨਾਂ ਦਾ ਜਿਵੇਂ ਈਦ ਹੈ ਤੇ ਹੁੰਦੀ ਹੈ ਉਹ ਕਿਸ ਤਰ੍ਹਾਂ ਮਨਾਉਂਦੇ ਸਨ ਈਦ ਹੋਰ ਆ ਬਕਰੀਦ ਹੋਰ ਜਿਹੜੀ ਬਕਰੀਦ ਆ ਬੱਕਰਿਆਂ ਨਾ ਅੱਛਾ ਜੀ ਜਿਹੜੀ ਈਦ ਹੀ ਹੈ ਕੁੱਜੀਆਂ ਠੂਠੀਆਂ ਦੀ ਦਹੇ ਸਾਜਿਆ ਹੁੰਦਾ ਸੀ ਦਹੇ ਉਹ ਦਹੇ ਬਣਾਉਂਦੇ ਹੁੰਦੇ ਸੀਗੇ ਕੁੱਜੀਆਂ ਠੂਠੀਆਂ ਹੁੰਦੀਆਂ ਜੁਣੇ ਹਾਂ ਈਦ ਤੇ ਤੁਹਾਨੂੰ ਕੁਝ ਭੇਜਦੇ ਸਨ ਹੈ ਈਦ ਤੇ ਖਾਣ ਪੀਣ ਨੂੰ ਸੀਵੀਆਂ ਸੂਵੀਆਂ ਜਾਂ ਹੋਰ ਕੁਝ ਯਾਰ ਸਾਡੇ ਅੱਜ ਕੋਣ ਪੁੱਛਣ ਦਿਆ ਆ ਜਿਹੜਾ ਮਰਜ਼ੀ ਖਾਈ ਪੀ ਜਾਏ ਕੋਈ ਨਹੀਂ ਤੁਸੀਂ ਖਾਂਦੇ ਪੀਂਦੇ ਸੋ ਖਾ ਲੈਂਦੇ ਨਾ 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 ਕੋਈ ਪਰੇ ਨਹੀਂ ਹੁੰਦਾ ਇਹ ਨਹੀਂ ਕਹਿਣਾ ਉਹ ਧਰਮੀਆਂ ਉਹ ਚਮਾਰਾ ਜੇ ਹੈ ਉਹ ਇਹ ਗੱਲਾਂ ਤੇ ਹੈ ਨਹੀਂ ਉਹ ਨਹੀਂ ਸਰ ਕਰਦੇ ਹੋ ਜੀ ਨਾ 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 ਕੁਝ ਨਹੀਂ ਆ ਅਰੇ ਜੱਫਿਆ ਮਾਂ ਪਾ ਕੇ ਮਿਲ ਜਾਣੇ ਰੋਟੀਆਂ ਜਿਹੜਾ ਨੇੜੇ ਜਿੱਥੇ ਖਾ ਪੀ ਕੇ ਲਾਂਵੇ ਠੀਕ ਤੇ ਜਿਸ ਤਰ੍ਹਾਂ ਉਹ ਤੁਹਾਡੀ ਇੱਜ਼ਤ ਕਰਦੇ ਸਨ ਜਿਹੜੇ ਆਏ ਪਾਕਿਸਤਾਨ ਤੋਂ ਬਾਅਦ 'ਚ ਉਹਨਾਂ ਦੀ ਜਗ੍ਹਾ 'ਤੇ ਉਹੋ ਜਿਹੇ ਲੱਭੇ ਉਹ ਹੈ ਨਹੀਂ ਉਹੋ ਜਿਹੇ ਨਹੀਂ ਮਿਲੇ ਔਰ ਗੱਲ ਇਹ ਬੜਾ ਚਿਰ ਹੋ ਗਿਆ ਸੌਦੇ ਡਾਲਨੇ ਬੜੇ ਔਖੇ ਆ ਸੌਦੇ ਡਾਲਨੇ ਬਹੁਤ ਔਖੇ ਆ ਵੈਸੇ ਠੀਕ ਆ ਕੋਈ ਗੱਲ ਨਹੀਂ ਹਾਂਜੀ ਬਹੁਤ ਆਪਾਂ ਆਪਣੀ ਜਗ੍ਹਾ 'ਤੇ ਠੀਕ ਆ ਸਾਰੇ ਠੀਕ ਨੇ ਪਰ ਜਿਹੜਾ ਜਿਹੜਾ ਉਹ ਕੰਮ ਹੈ ਨਹੀਂ ਉਹ ਹੈ ਨਹੀਂ ਉਹ ਨਹੀਂ ਰਿਹਾ ਨਹੀਂ ਨਹੀਂ ਉਹ ਇਹਦਾ ਹੈ ਉਹ ਸਾਂਝਾ ਮੁਣਕ ਨਹੀਂ ਬਣੀਆਂ ਹਾਂ ਹਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਵਾਹਿਗੁਰੂ ਅੱਛਾ ਦੱਸੋ 1947 'ਚ ਕੀ ਹੋਇਆ ਕਿਸ ਤਰ੍ਹਾਂ ਉੱਠ ਕੇ ਗਏ ਉਹ ਮੁਸਲਮਾਨ ਇੱਥੋਂ ਸਾਰੀ ਕਹਾਣੀ ਦੱਸੋ ਕਹਿੰਦੇ ਉੱਥੇ ਮੁੰਸ਼ੀ ਸੀ ਉਹਨਾਂ ਨੂੰ ਲੇਕਿਨ ਇੱਜ਼ਤ ਬੜੀ ਕਰਦੇ ਸੀ ਗੱਲ ਕੇ ਕਈ ਦਫ਼ਾ ਉੱਥੇ ਤੋਲਦਾ ਸੀ ਉਹਦੇ ਘਰ ਵੀ ਜਾਂਦੇ ਸੀ ਸਮਾਨ ਸਮੂਹ ਲੈ ਕੇ ਥੋੜ੍ਹਾ ਬਹੁਤ ਉਸ ਵਕਤ ਚੱਲਦਾ ਸੀ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਨਿਉਂਦਰਾ ਭਾਜੀ ਚੱਲਦੀ ਸੀ ਵਿਆਹ ਸ਼ਾਦੀ ਸਾਡੀ ਲਾਈਫ ਸਟੂਡੈਂਟ ਲਾਈਫ ਸਟੂਡੈਂਟ ਲਾਈਫ ਅੱਛਾ ਜੀ ਨਹੀਂ ਤੁਹਾਡੇ ਬਜ਼ੁਰਗ ਤਾਂ ਜਾਂਦੇ ਹੋਣੇ ਨੇ ਵਿਆਹ ਸ਼ਾਦੀ 'ਤੇ ਉਹਨਾਂ ਦੀ ਲੜਕੀਆਂ ਦੀ ਸ਼ਾਦੀ ਉਹਨਾਂ ਦੀ ਜੇ ਤੁਹਾਡੀਆਂ ਲੜਕੀਆਂ ਸ਼ਾਦੀਆਂ ਆਉਂਦੇ ਜਾਂਦੇ ਸਨ ਦੋਵੇਂ ਬਰਾਦਰੀ ਦੋ ਉਹ ਨਿਕਾਹ ਵਗੈਰਾ ਕਰਦੇ ਸੀ ਅੱਛਾ ਅੱਛਾ ਦੱਸੋ 1947 'ਚ
ਉਹ ਕਿਵੇਂ ਉੱਠੇ ਤੇ ਕਿਵੇਂ ਗਏ, ਕਿਸ ਤਰ੍ਹਾਂ ਗਏ ਪਾਕਿਸਤਾਨ? ਕੈਂਪ ਲੱਗਾ ਸੀ, ਕੈਂਪ ਦੇ ਵਿੱਚ ਗਏ, ਬੜੇ ਆਰਾਮ ਨਾਲ ਗਏ। ਅੱਛਾ ਜੀ, ਉਹ ਤੋਂ ਬਾਅਦ ਪਤਾ ਨਹੀਂ ਕੀ ਹੋਇਆ। ਅੱਛਾ, ਇਸ ਪਿੰਡ 'ਤੇ ਹਮਲਾ ਹੋਇਆ ਕੋਈ? ਹੈ, ਇਸ ਪਿੰਡ 'ਤੇ ਹਮਲਾ ਨਹੀਂ ਹੋਇਆ। ਜਦੋਂ ਹਮਲਾ ਹੋਇਆ ਫਿਰ ਮੈਂ ਧੁਰੀਆਂ ਸਰਾਈ ਸੀ ਉਦੋਂ। ਅੱਛਾ, ਧੁਰੀਆਂ ਸਰਾਈ, ਧੁਰੀਆਂ ਸਰਾਏ। ਹਾਂ, ਉਹ ਖੋਡੇ ਵਾਲੇ ਮਹੰਤ ਹੁੰਦੇ ਸੀਗੇ। ਖੋਡੇ ਵਾਲੇ ਮਹੰਤ ਹਰੀ ਸਿੰਘ, ਹਰੀ ਸਿੰਘ ਨਾਮ ਸੀ ਉਹਦਾ। ਹਾਂ, ਉਹਦੇ ਉੱਧਰ ਮੁਕਾਬਲਾ ਹੋਇਆ ਜਿਹੜਾ, ਉਸ ਵੇਲੇ ਮੁਕਾਬਲੇ 'ਚ ਮੈਂ ਸੀ ਉੱਥੇ। ਕਿਹੜੇ ਮੁਕਾਬਲੇ 'ਚ? ਖੁੱਡੇ ਖੁੱਡੇ ਨਹੀਂ, ਇੱਥੋਂ ਗਏ ਸੀਗੇ ਬਣ ਕੇ ਸਰਦਾਰ ਮੁਸਲਮਾਨਾਂ ਨੂੰ ਮਾਰਨ ਵਾਸਤੇ। ਕਿੱਥੇ ਕਿੱਥੇ ਹਮਲਾ ਹੋਇਆ? ਧੁਰੀਆਂ ਸਰਾਏ। ਅੱਛਾ, ਧੁਰੀਆਂ ਸਰਾਏ ਗਏ। ਲੜਾਈ ਨਹੀਂ ਹੋਣ ਦਿੱਤੀ, ਨਹੀਂ ਹੋਣ ਦਿੱਤੀ। ਕਹਿੰਦੇ ਵਾਪਸ ਜਾ ਕੇ ਢੋਲ ਵਜਾਉਂਦੇ ਜਾਂਦੇ ਵੱਡਾ। ਅੱਛਾ, ਇੱਥੇ ਭੈਣੇ ਤਵੇ ਵਧੇ, ਮਿੱਠਾ ਪਿੱਛੇ ਤਵੇ ਵਧੇ, ਹੈ ਵਰਸ਼ੇ ਹੁੰਦੇ ਸੀ ਕੋਲ। ਜਾਣੀ ਕਿ ਥਾਣੇਦਾਰ ਨੇ ਬਚਾ ਲਿਆ ਢੁਰੀਆਂ ਸਰਾਏ ਦਾ ਹਮਲਾ, ਸਹੀ ਸਲਾਮਤ ਕੱਢ ਤੇ ਉੱਥੋਂ। ਹਾਂ, ਉਹਨਾਂ ਨੇ ਕਹਿਣਾ ਚਲ ਜਾਓ ਆਪਾਂ ਆਪਣੀ ਜਗ੍ਹਾ ਤੋਂ। ਅਮਨ ਤਾਂ ਦੇਖ ਕੇ ਬੁਖਾਰ ਚੜ੍ਹ ਗਿਆ। ਇਸ ਪਿੰਡ 'ਤੇ ਕੋਈ ਹਮਲਾ ਨਹੀਂ ਹੋਇਆ? ਘੋੜੇ 'ਤੇ ਨਹੀਂ ਹੋਇਆ? ਕਿਸੇ ਨੇ ਨਹੀਂ ਕੀਤਾ? ਨਾ 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 ਨਾ, ਇੱਥੇ ਦੇ ਅਤੇ ਆਲੇ ਦੁਆਲੇ ਇੱਥੇ ਵਾਲਾ ਛੱਪੜ ਵਾਲਾ ਸਾਰੇ ਮੁਸਲਮਾਨੀ ਜਿੰਨੇ ਵੀ ਜਿਹਨਾਂ ਬਚਵਾਈ ਸੀ ਇਹ ਸਾਰੇ ਛੱਪੜ ਘੋੜੇ ਆ ਗਏ, ਛੱਪੜ 'ਚ ਆ ਗਏ, ਇੱਥੇ ਇਕੱਠੇ ਹੋ ਗਏ। ਅੱਛਾ, ਇੱਥੇ ਕੋਈ ਦੇਰ ਕੱਟੇ ਉਹਨਾਂ ਨੇ ਤਾਂ ਫਿਰ ਬਾਗ ਚੱਲ ਗਏ ਦਸੂਏ, ਹੈਂ ਪੜਾ 'ਚ, ਫਿਰ ਉੱਥੇ ਜਾ ਕੇ ਉਹਦਾ ਲਿਟਾ ਪਾਸ ਕੀਤਾ। ਤੁਹਾਡੇ ਬਜ਼ੁਰਗਾਂ ਨੂੰ ਮਿਲ ਕੇ ਗਏ ਸਾਰੇ? ਤੁਹਾਡੇ ਬਜ਼ੁਰਗਾਂ ਨੂੰ ਮਿਲ ਕੇ ਗਏ ਜਾਣ ਲੱਗੇ? ਹਾਂ, ਮਿਲ ਕੇ ਗਏ, ਰੋ ਰੋ ਕੇ, ਰੋ ਰੋ ਕੇ ਮਿਲੇ। ਜੱਟੀਆਂ ਜਿਹੜੀਆਂ ਅਸੀਂ ਉਹ ਨਹੀਂ ਜਾਂਦੀਆਂ, ਕਹਿੰਦੇ ਅਸੀਂ ਨਹੀਂ ਆਪਣਾ ਪਿੰਡ ਛੱਡ ਕੇ ਜਾਣਾ, ਸਾਡੀਆਂ ਮੱਝਾਂ, ਸਾਡੇ ਬੋਲਦ, ਸਾਡੀਆਂ ਹਵੇਲੀਆਂ, ਇਹ ਅਸੀਂ ਕਿੱਦਾਂ ਛੱਡ ਕੇ ਚੱਲ ਜਾਈਏ? ਸਾਡੇ ਫੌਜੀ ਮੁੰਡੇ ਸੀ ਨਾ, ਉਹਨਾਂ ਨੇ ਫਿਰ ਉਹ ਫਿਰ ਲੈ ਕੇ ਗਏ। ਅੱਛਾ, ਫੌਜੀ ਮੁੰਡੇ ਲੈ ਗਏ ਫਿਰ? ਫੌਜੀ ਬਹੁਤ ਸਨ ਪਿੰਡ ਦੇ। ਹਾਂ, ਫੌਜੀ ਸੀ, ਲੈ ਗਏ, ਕਹਿੰਦੇ ਜਾਓ ਪਹਿਲੇ ਚਲਿਓ। ਹੁਣ ਕੀ, ਜੱਟਾਂ ਦੇ ਮੁੰਡੇ ਕਾਫੀ ਫੌਜ 'ਚ ਭਰਤੀ ਸਨ? ਹਾਂ, ਜਦੋਂ ਤਾਂ ਬਟਵਾਰਾ ਹੋ ਗਿਆ, ਹੁਣ ਫਿਰ ਕੀ ਕਹਿੰਦਾ, ਜਦੋਂ ਹੋਈ ਬਟਵਾਰਾ ਗਿਆ ਤਾਂ ਹੋਣਾ ਕੀ। ਇਹ ਗੱਲ ਸੁੱਖ ਸਲਾਮਤ ਗਏ, ਕੋਈ ਦੁਖੀ ਨਹੀਂ ਗਿਆ, ਸਾਡੇ ਲੜਾਈ ਨਹੀਂ ਹੋਈ ਕੋਈ, ਆਰਾਮ ਨਾਲ ਗਏ। ਮੁੜ ਕੇ ਕੋਈ ਪਿੰਡ ਵੇਖਣ ਆਇਆ 1947 ਤੋਂ ਬਾਅਦ, ਪਾਕਿਸਤਾਨ ਬਣਨ ਤੋਂ ਬਾਅਦ ਆਇਆ? ਆਏ ਆ। ਕਦੋਂ? ਪਰ ਆਏ ਜ਼ਰੂਰ ਆ, ਮੈਨੂੰ ਉਹ ਮੈਨੂੰ ਤਾਂ ਉਹ ਮਿਲਣਾ ਕਹਿੰਦੇ ਸੀਗੇ, ਤਾਂ ਮੈਂ ਮਿਲਿਆ, ਮਿਲ ਨਹੀਂ ਸਕਿਆ, ਮੈਂ ਪਤਾ ਨਹੀਂ ਫਿਰ ਕਿੱਥੇ ਗਿਆ ਕਿੱਥੇ। ਅਤੇ ਉਹ ਫੈਜ਼ ਮੁਹੰਮਦ, ਫੈਜ਼ ਮੁਹੰਮਦ ਆਇਆ ਸੀ ਸਾਡੇ ਪਿੰਡ, ਦੋ ਤਿੰਨ ਜਣੇ ਨੇ ਆਏ ਸੀ ਇੱਕ ਇੱਥੇ, ਨਹੀਂ ਤੈਨੂੰ ਨਹੀਂ ਪਤਾ, ਤੂੰ ਤੂੰ ਤਾਂ ਦਿੱਲੀ ਸੀਗਾ ਉੱਧਰ। ਉਹ ਫਿਰ ਇੱਥੇ ਉਹ ਸਾਰਿਆਂ ਦਾ ਨਾਂ ਲਿਆ ਉਹਨੇ ਮਿਲਣ ਗਏ, ਉਹਨੇ ਕਹਿੰਦੇ ਸੀ ਮਿਲ ਕੇ ਜਾਣਾ, ਅਸੀਂ ਨਹੀਂ, ਟਾਈਮ ਨਹੀਂ ਲੱਗਾ, ਚਾਹ ਚੂ ਪੀ ਕੇ ਗਏ। ਤੂੰ ਇੱਥੇ ਹੈ ਨਾ ਸੀ, ਤੈਨੂੰ ਮੈਂ ਦੱਸੀ ਜਾਂਦਾ। ਆਪਣਾ ਘਰ ਵੇਖ ਕੇ ਗਏ? ਹੈਂ, ਆਪਣਾ ਘਰ ਵੇਖ ਕੇ ਗਏ ਉਹਨੇ ਨਾਲ? ਹਾਂ, ਆ ਸਾਰਾ ਖਾਣਾ ਖੋਣਾ ਸਭ ਫਿਰ ਚੱਲ ਗਿਆ, ਕੋਈ ਬਦਲ ਗਿਆ? ਸਾਰੇ ਫਿਰ ਕੇ ਗਏ, ਉਹ ਦੇਖ ਕੇ ਗਏ। ਅੱਛਾ, ਕਹਿੰਦੇ ਹੁਣ ਤਾਂ ਉਹ ਘੋਗੜਾ ਰਿਹਾ ਹੈ। ਮਸੀਤਾਂ ਤੋਂ ਇਲਾਵਾ ਦਰਬਾਰ ਵੀ ਆ ਸਨ? ਹੈਂ, ਦਰਬਾਰ, ਪੀਰਾਂ ਦਾ ਦਰਬਾਰ। ਦਰਬਾਰ ਪੀਰਾਂ ਦਾ? ਪੀਰਾਂ ਦਾ, ਪੀਰਾਂ, ਪੀਰਾਂ ਦਰਬਾਰ ਪਿੰਡ 'ਚ, ਪੀਰਾਂ ਦਾ ਮੇਰਾ ਆਹ ਦਰਬਾਰ, ਪੀਰਾਂ ਦਾ ਹੀ ਆ ਉਹ। ਅੱਛਾ, ਇੱਕ ਹੈਗਾ ਅਜੇ? ਹਾਂ, ਉਹ ਬੋਰਡ ਉੱਥੇ ਪੁਰਾਣਾ ਹੀ ਹੈ ਅਜੇ ਵੀ? ਹੋਰ, ਪੁਰਾਣਾ ਹੀ ਦੇਖੀ ਆ? ਦੇਖਿਆ। ਹਾਂ, ਅਮੇਸ਼ੀ ਦੇ, ਮੇਸ਼ੀ ਦੀ ਦੁਕਾਨ 'ਤੇ ਉਹ ਬੋਰਡ ਪੁਰਾਣੀ ਆ, ਉਹ ਪੁਰਾਣੀ ਆ ਬੋਰਡ। ਆਹੋ। ਅੱਛਾ, ਮੇਲਾ ਕਿਹੜਾ ਵੇਖਣ ਜਾਂਦੇ ਹੁੰਦੇ ਇੱਥੋਂ? ਮੇਲਾ ਝੰਗੀ ਦਾ, ਇੱਥੋਂ ਜਾਂਦੇ ਰਹੇ ਹੋ? ਝੰਗੀ ਦਾ ਮੇਲਾ ਦੇਖਿਆ ਨਹੀਂ? ਕਿਉਂ ਨਹੀਂ ਦੇਖਿਆ? ਦੇਖਿਆ, ਦੀਵਾਨ ਸ਼ਾਹ ਦਾ ਦੇਖਿਆ, ਦਸੂਏ ਦੀਵਾਨ ਸ਼ਾਹ ਦਾ, ਦਸੂਏ ਥਲੇ ਥਲੇ ਥਲੀ ਥਲੇ ਦੇਖਿਆ, ਇਹਨੇ ਇਹਨੇ ਦੇਖਿਆ, ਮੇਰੇ ਸਾਰੇ ਦੇਖੇ, ਸਾਰੇ ਵੇਖੇ ਨੇ, ਮੈਂ ਸਭ ਦੇਖੇ। ਕਿਹੜੇ ਕਿਹੜੇ ਮੁੰਡਿਆਂ ਨਾਲ ਮੇਲਾ ਵੇਖਣ ਗਏ ਸੋ, ਮੁਸਲਮਾਨਾਂ ਦੇ ਮੁੰਡਿਆਂ ਨਾਲ? ਇੱਥੇ ਕੋਈ ਪਤਾ ਲੱਗਣ ਡਿਆ ਸੀ ਮੁੰਡਿਆਂ ਦਾ? ਹਾਂ, ਕੋਈ ਨਾਂ ਲਓ ਜਿਹੜੇ ਪੱਕੇ ਯਾਰ ਸਨ ਤੁਹਾਡੇ? ਜੁੱਟ ਵੱਜ ਕੇ ਜਾਂਦੇ ਸੀ, ਖੇਲਦੇ ਮਲਦੇ ਜਾਣਾ, ਖੇਲਦੇ ਮਿਲਦੇ ਘਰ, ਜੁੱਟ ਵੱਜ ਕੇ ਜਾਣਾ। ਮੁਸਲਮਾਨਾਂ ਦੇ ਮੁੰਡਿਆਂ ਨਾਲ ਤੁਸੀਂ ਰਲ ਕੇ ਜਾਂਦੇ ਸੋ ਮੇਲਾ ਵੇਖਣ? ਹੋਰ, ਤੁਹਾਡਾ ਪੱਕਾ ਯਾਰ ਕਿਹੜਾ ਸੀ ਉਹਨਾਂ 'ਚੋਂ? ਉਹ ਦੀਵਾਨ ਸ਼ਾਹ ਜਿਹੜਾ ਸੀ ਨਾ, ਇਹ ਸੀਗਾ, ਇਹ ਸਨਿਆਰਾ ਸੀਗਾ ਯਾਰ ਦਾ। ਹਾਂ ਹਾਂ, ਦਸੂਏ ਦਾ।
ਦਸਵੇਂ ਦਾ ਉਹ ਸੀਗਾ ਸਰਨਿਆਰਾ ਤਾਂ ਉਹਨਾਂ ਫਿਰ ਦੀਵਾਨ ਸ਼ਾਹ ਰੱਖਿਆ ਆ ਦੀਵਾਨ ਸ਼ਾਹ ਹਾਂਜੀ ਹਾਂਜੀ ਇੱਦਾਂ ਹੀ ਆ ਹਾਂਜੀ ਹਾਂਜੀ ਦੀਵਾਨ ਚੰਦ ਸੀ ਪਹਿਲਾਂ ਹਾਂ ਦੁਕਾਨ ਬੜੀ ਮੇਲਾ ਬੜਾ ਭਰਾ ਲੱਗਦਾ ਸੀ ਇੱਥੇ ਸਰ ਜਿਹੜਾ ਚੰਗੀ ਸ਼ਾਹ ਚੰਗੀ ਸ਼ਾਹ ਦਾ ਮੇਲਾ ਹੱਦ ਤੋਂ ਵੱਧ ਚੰਗੀ ਸ਼ਾਹ ਦਾ ਮੇਲਾ ਹੱਦ ਤੋਂ ਵੱਧ ਕੀ ਵੇਖਦੇ ਸੀ ਉੱਥੇ ਚੰਗੀ ਦਾ ਦੇਖਿਆ ਨਹੀਂ ਮੇਲਾ ਦੇਖਿਆ ਇੱਥੇ ਸਾਡੇ ਪਿੰਡ ਦੇ ਨੇ ਜਿਹੜਾ ਢੋਲ ਕੇ ਵਜਾਉਂਦਾ ਜਿਹੜਾ ਰਸਤੇ ਭੈਣ ਜੇ ਖਰਬੂਜੇ ਖਰਬੂਜੇ ਖਾਂਦੇ ਜਾਣਾ ਅੱਛਾ ਖਾਂਦੇ ਪੀਂਦੇ ਜਾਂਦੇ ਰਾਹ 'ਚ ਕੋਈ ਟੋਕਦਾ ਟੋਕਦਾ ਨਹੀਂ ਸੀ ਉਦੋਂ ਇੱਕ ਪੈਸੇ ਦਾ ਮੇਲਾ ਦੇਖ ਕੇ ਘਰ ਆ ਜਾਣਾ ਅੱਛਾ ਇੱਕ ਪੈਸੇ ਦੋ ਧੇਰੇ ਦਾ ਚਾਰ ਦਾ ਮੁੜੀਆਂ ਚਾਰ ਦਾ ਮੁੜੀਆਂ ਹਾਂਜੀ ਅੱਛਾ ਇੱਕ ਪੈਸਾ ਤਾਂਬੇ ਦਾ ਅਸੀਂ ਖਾ ਪੀ ਕੇ ਰੱਜ ਕੇ ਜਾਂ ਮੁੜ ਕੇ ਫਿਰ ਹੋਰ ਵੀ ਪੈਸੇ ਕਾਲੀ ਜੇਬ 'ਚ ਲੈ ਆਉਂਦੇ ਅੱਛਾ ਔਰ ਇੱਦਾਂ ਦਾ ਟਾਈਮ ਸੀਗਾ ਹੋਰ ਕੀ ਖਾਂਦੇ ਪੀਂਦੇ ਸੀ ਉੱਥੇ ਮੇਲੇ 'ਚ ਚਾਵਲ ਉੱਥੇ ਬਹੁਤ ਖਾਣ ਪੀਣ ਨੂੰ ਜਿਹੜੀਆਂ ਮਰਜ਼ੀ ਚੀਜ਼ ਖਾਈ ਜਾਓ ਤੁਸੀਂ ਜਲੇਬੀਆਂ ਪਕੌੜੇ ਹਰ ਇੱਕ ਚੀਜ਼ ਦੇਸੀ ਘਿਓ ਦੇ ਸਾਰੇ ਸਭ ਕੁਛ ਉੱਥੇ ਗਾਣ ਵਜਾਣ ਹੁੰਦੇ ਸਨ ਬੋਲੀਆਂ ਬਹੁਤ ਅਕਵਾਲ ਬਹੁਤ ਮੁਸਲਮਾਨ ਅੱਛਾ ਪਾਕਿਸਤਾਨ ਆਉਂਦੇ ਸੀ ਨਾ ਉਹਦੇ ਜਾਂਦੇ ਪੈਦਲ ਸੀ ਉੱਥੇ ਤੱਕ ਪੈਦਲ ਹੀ ਕਿਹੜੇ ਪੈਦਲ ਹੀ ਯਾਰ ਪੈਦਲ ਹਾਥ ਹੈਗਾ ਤੇ ਝੱਗੀ ਕਿਹੜੇ ਰਾਹ ਜਾਂਦੇ ਸੋ ਅੱਛਾ ਸਿੱਧੇ ਹੀ ਰਾਹ ਉਹ ਕਿਹੜੇ ਖੇਤਾਂ ਖੁੱਤਾਂ ਦੇ ਵਿੱਚ ਇੱਦਾਂ ਤਾਂ ਹੈ ਨਹੀਂ ਸੀ ਸੜਕਾਂ ਸੜਕਾਂ ਇੱਥੋਂ ਜਾਣਾ ਲਮੀਨ ਪਨੋਰੀ ਕੁਛ ਹੋਰ ਲਮੀਨ ਕੁਛ ਨਹੀਂ ਸੜਕਾਂ ਸੜਕਾਂ ਇੱਦਾਂ ਸਭ ਕੁਛ ਹੀ ਜਿਹੜੀਆਂ ਬਿੱਲਾ ਬੁੱਲਾ ਰਾਜ ਖਰਬੂਜੇ ਵਾਲੇ ਖਾਈਆ ਤੋੜ ਤੋੜ ਕੇ ਹੈ ਤੇਰੇ ਜਿਹਾ ਰਾਹ ਆ ਸੜਕ ਕਿੰਜ ਦੀ ਸੀ ਹੈ ਸੜਕ ਕਿੰਜ ਦੀ ਹੁੰਦੀ ਸੀ ਉਦੋਂ ਸੜਕ ਨਾ ਹਾਜੀਪੁਰ ਨੂੰ ਜਾਂਦੀ ਹਾਂਜੀ ਹਾਜੀਪੁਰ ਨੂੰ ਇਹ ਸੜਕ ਕਿਵੇਂ ਦੀ ਸੀ ਕੱਚੀ ਹੁੰਦੀ ਸੀ ਉਦੋਂ ਕੱਚੀ ਸੀ ਇਹ ਆਈ ਬਿਲਕੁਲ ਕੱਚੀ ਇਹ ਕਦੋਂ ਬਣੀ ਫਿਰ ਬਗਰੇ ਦੀ ਨਾਲ ਸਗਾ ਤੇ ਪੱਕੀ ਕਰਾ ਗਿਆ ਬੱਲੇ ਦਾ ਇਹ ਸੜਕ ਉਹਨੇ ਕਢਾਈ ਤੇ ਉਹਨੇ ਪੱਕੀ ਕਰਵਾਈ ਕਦੋਂ ਬਣੀ ਇਹ ਪੱਕੀ ਬਗਰੇ ਦੀ ਹੈ ਜਿਹੜਾ ਬੱਲੇ ਦਾ ਪੱਕੀ ਕਦੋਂ ਬਣੀ ਹੈ ਇਹ ਤਾਂ ਹੁਣੇ ਜੇ ਬਣੀ ਹੈ ਥੋੜ੍ਹਾ ਚੇਰੀ ਹੋਇਆ ਅੱਛਾ ਥੋੜ੍ਹਾ ਚੇਰੀ ਕੱਚੀ ਸੜਕ ਸੀ ਕੱਚੀ ਇਹਨਾਂ ਨੇ ਮਿੱਟੀ ਖਾਈ ਚੜ੍ਹਨੀ ਰੇਤਾ ਮਿੱਟੀ ਇੱਕ ਛੋਟੀ ਜਿਹੀ ਬੱਸ ਲਾਈ ਸੀਗੀ ਜਿਹਨੇ ਜਾਣਾ ਸੀ ਦੌੜ ਕੇ ਜਾਣਾ ਦੇਖਣ ਭੈਣ ਜਿਹਾ ਧੂੜਾ ਹੀ ਧੂੜਾ ਬੰਦਾ ਰੇਤਾ ਹੀ ਰੇਤਾ ਅੱਛਾ ਮਿੱਟੀ ਰੇਤਾ ਹੀ ਮਿੱਟੀ ਛੋਟੀ ਜਿਹੀ ਬੱਸ ਇੱਕ ਜਾਂਦੀ ਸੀ ਬੱਲੇ ਨੂੰ ਦਸੂਆ ਬੱਲਾ ਹਾਂ ਹਾਂ ਅੱਛਾ ਜੀ ਉਹ ਬਗਰੇੜੇ ਸਗਾ ਚੰਗਾ ਸੀ ਬੰਦਾ ਉਹ ਕਰ ਗਿਆ ਥੋੜ੍ਹਾ ਭਲਾ ਕਰ ਗਿਆ ਜਿਹੜਾ ਛੰਨੀਆਂ ਹਮਲਾ ਹੋਇਆ ਸੀ ਛੰਨੀਆਂ ਤੇ ਉਹਦਾ ਕੀ ਛੰਨੀਆਂ ਉੱਤੇ ਹਮਲਾ ਹੋਇਆ ਸੀ ਉੱਥੇ ਲੜਾਈ ਹੋਈ ਸੀ ਕੀ ਲੜਾਈ ਹੋਈ ਸੀ ਦੱਸੋ ਜਰਾ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਅੱਛਾ ਛੰਨੀ ਛੰਨੀਆਂ ਹੋਈ ਲੜਾਈ ਛੰਨੀਆਂ ਮੋਰਚਾ ਲੱਗਾ ਰਿਹਾ ਸੀ ਆਹੋ ਉਹ ਇੱਦਾਂ ਦੇ ਮਾੜੀਆਂ ਮੋੜੀਆਂ ਚੱਲਦੀਆਂ ਹੈਗੀਆਂ ਅੱਛਾ ਜੀ ਅਤੇ ਜਿਹੜਾ ਆ ਤੋਏ ਹੈ ਇਹ ਵੀ ਮੁਸਲਮਾਨਾਂ ਦਾ ਸੀ ਮੁਸਲਮਾਨ ਸਾਰਾ ਡੋਗਰਾਂ ਦਾ ਸਭ ਮੁਸਲਮਾਨ ਅੱਛਾ ਤੁਹਾਡੇ ਜਿਹੜੇ ਬਜ਼ੁਰਗ ਸਨ ਬਜ਼ੁਰਗਾਂ ਦਾ ਉਹਨਾਂ ਦੇ ਨੇੜੇ ਕੌਣ ਸੀ ਜ਼ਿਆਦਾ ਕਿਹਦੇ ਨਾਲ ਬਹਿਣ ਖਲੋਣ ਜ਼ਿਆਦਾ ਸੀ ਉਹਨਾਂ ਦਾ ਤੁਹਾਡੇ ਬਜ਼ੁਰਗਾਂ ਦਾ ਕਿਹੜੇ ਮੁਸਲਮਾਨ ਨਾਲ ਬਹਿਣ ਖਲੋਣ ਜ਼ਿਆਦਾ ਸੀ ਸਾਰਿਆਂ ਨਾਲ ਹੀ ਸਾਰਿਆਂ ਨਾਲ ਹੀ ਇੱਥੇ ਨਹੀਂ ਕੋਈ ਦੂਰ ਜਾਈ ਕੋਈ ਕੋਈ ਹੋਰ ਸ਼ੇਰ ਵੀ ਆਉਂਦਾ ਕੋਈ ਇੱਕ ਹਾਂ ਸੁਣਾਓ ਸ਼ੇਰ ਦੋ ਉਹ ਤਾਂ ਪੈਣ ਜਿਹਾ ਢਿੱਡ ਭਰਿਆ ਪਿਆ ਉਹ ਤਾਂ ਮੁੱਕ ਹੀ ਨਹੀਂ ਸਕਦਾ ਅੱਛਾ ਸੁਣਾਓ ਸ਼ੇਰ ਸਾਨੂੰ ਦੋ ਚਾਰ ਸ਼ੇਰ ਵਖੀ ਕੀ ਸੁਣਨਾ ਹਾਂਜੀ ਲਾਂ ਲੰਘੇ ਵਕਤ ਜਰਾਨਿਆਂ ਦੇ ਨਾ ਅੰਗ ਤੇ ਨਾ ਸੌਖ ਅੱਜ ਕੱਲ੍ਹ ਜਿੰਨੀ ਕਰੀਏ ਉਲਫਤ ਕਿਸੇ ਨਾਲ ਸਜਣਾ ਉਹਨੀ ਹੁੰਦੀ ਹੈ ਮਿੱਟੀ ਖਰਾਬ ਅੱਜ ਕੱਲ੍ਹ ਜਿਹਨੂੰ ਚੰਗਾ ਕਹੀਏ ਉਹੀ ਮੰਦਾ ਸਮਝੇ ਉਹ ਉਲਟ ਹੈ ਜ਼ਮਾਨੇ ਦੀ ਚਾਲ ਅੱਜ ਕੱਲ੍ਹ ਕਰਤਾਰ ਚੰਦ ਮਹਾਵਤਾਂ ਬੰਦ ਕਰ ਲਾ ਨਾ ਸਮਝ ਰਹੇ ਤੇ ਨਾ ਉਹ ਯਾਰ ਅੱਜ ਕੱਲ੍ਹ ਯਾਰ ਅੱਜ ਕੱਲ੍ਹ ਨਾ ਸਮਝ ਰਹੇ ਤੇ ਨਾ ਕਹਿਆ ਵਾਹ ਇੱਕ ਹੋਰ ਸੁਣਾਓ ਠੀਕ ਹੈ ਹੋਰ ਸੁਣਾਓ ਸਿਨਵੇ ਵਾਲਿਆਂ ਦੀ ਬੜੀ ਮਿਹਰਬਾਨੀ ਸਿਨਵੇ ਵਾਲਿਆਂ ਦੀ ਬੜੀ ਮਿਹਰਬਾਨੀ ਜਿਨ੍ਹਾਂ ਨੇ ਨਵੇਂ ਤੇ ਨਵੇਂ ਫੈਸ਼ਨ 'ਚ ਲਾ ਦਿੱਤੇ ਦੋ ਦੋ ਗੁੱਟਾਂ 'ਚ ਜਲੇਬੀ ਜੋੜੇ ਖੱਟੇ ਹਰੇ ਪੀਲੇ ਬਲਬ ਜਗਾ ਦਿੱਤੇ ਇੰਦਰਾ ਗਾਂਧੀ ਤੇਰੇ ਰਾਜ ਅੰਦਰ ਇਹਨਾਂ ਤੀਵੀਆਂ ਨੇ ਮਰਨੀ ਖੁੰਝੇ ਲਾ ਕੇ ਵਾਹ ਬਈ ਵਾਹ ਅੱਛਾ ਇਹਨਾਂ ਤੀਵੀਆਂ ਨੇ ਮਰਨੀ ਖੁੰਝੇ ਲਾ ਕੇ ਯਾਰ ਇਹ ਡਰਾਮੇ ਡੁਮੇ ਵੀ ਕਰਦੇ ਸੀ ਨਾ ਅੱਛਾ ਡਰਾਮੇ ਵੀ ਕਰਦੇ ਸਨ
एक होर सुनाओ। अपना समझिया सी अपना समझिया सी, फिर हुंदा सी फुलां दे हार पाके मंग मूर्खां दे खुशी मनांदा सा, खंडा दन्ना दे नाल प्यार पाके दिते बेच मकान तमाम सारे, झुगी बह गया सी बिच उजाड़ पाके, मिलकी उम्र ते माल तबाह कीता बुटा सोने दे नाल प्यार पाके। वाह जी वाह। होर एक होर होर सुनाओ। चेते कर लो है? चेते कर लो एक बस लास्ट। अरे शेर तो बहुत आना, ना मालूम था हमें कि तुझसे मोहब्बत होगी, ना मालूम था हमें कि तुझसे मोहब्बत होगी, रंज पे रंज और मुसीबत पे मुसीबत होगी, दिल तो चाहता है कि चल यार के मिलने के लिए, मगर शर्म कहती है कि तू ना जा बड़ी जिल्लत होगी। मैंने पूछा था कि कभी फिर भी मिलोगे साहेब, वो हंस कर फरमाने लगे हमें के जद फुर्सत होगी। वाह भाई वाह, भले भले करती बाबा जी तुसी तां पूरे शायर हो तुसी, फुर्सत हो गई शायरी करते रहे पूरी। अरे एक और भी गया ना, और किसी ने मजनू से जाकर कहा कि तुझे अल्लाह बुलाता है, किसी ने मजनू से जाकर कहा तुझे अल्लाह बुलाता है, मजनू ने फिर आगे फिक्रा सुनाया, चल ले चल नदान, ये मजनू क्यों अल्लाह के पास जावे, अगर खुदा खुदा को जरूरत है तो ले ला ही बल कर आवे। हाय 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 वाह वी वाह। और कहना मैं खुदा से के को क्यों जाना, बहुत सुना, मैंने कोई जरूरत नहीं, जा जाने उन्हें मैंने मिलना तो ले ला मार के आ जावे। सत्संग से बुद्ध बदे, हाँ जी सत्संग से बुद्ध बदे, जिमे बार में घास, अरे जब कहे के संग का होए बुद्ध का नाश। ठीक है, ऐसी संगत करनी चाहिए जिसे कुछ ना कुछ मिल जाए, इदा की संगत नहीं होनी चाहिए जिदा भैन कोई अगली भी जन जाती रहेगा। संगत का हल होता है जो करे कुल शुद्ध, एक खट्टे की बूंद से बिगड़ जावे सब दुध। वाह वाह। चलो ठीक है, तुम कित यादा साझिया साढ़े नाल घोरे दियाँ, तो बहुत बहुत शुक्रिया, धन्यवाद, चंगी मुलाकात हुई। हाँ जी हाँ जी, भाई चाह मैं कहते फिर किसी दिन फिर बैठा। अच्छा सी पता भाई। ਬਾਬਾ ਜੀ ਘਰ ਦਰਬਾਰ ਬਣਾਇਆ ਕਿਦਾ ਹੈ? ਇਹ ਦਰਬਾਰ ਕਿਦਾ ਬਣਾਇਆ, ਕਬਰ ਕਿਹਦੀ ਬਣਾਈ ਹੈ? ਪਿਤਾ ਜੀ ਸੀ। ਪਿਤਾ ਜੀ ਸਨ? ਅੱਛਾ ਜੀ, ਉਹ ਕਿਵੇਂ? ਉਹ ਫਕੀਰੀ ਲਾਈਨ ਸੀਗੇ, ਮੁਸਲਮਾਨ ਤੋਂ ਉਹਨਾਂ ਸਿੱਖਿਆ ਲੈ ਰੱਖੀ ਸੀ। ਅੱਛਾ ਜੀ, ਤੇ ਇਸ ਕਰਕੇ ਉਹਨਾਂ ਨੇ ਕਬਰ ਆਪਣੀ ਜਾਨ ਕਿ ਫਕੀਰੀ ਸਨ। ਕੀ ਨਾਮ ਸੀ ਉਹਨਾਂ ਦਾ? ਚੁੜਚਿੜੇ ਚੂੜਾ ਰਾਮ। ਚੂੜਾ ਰਾਮ, ਅੱਛਾ ਫਕੀਰੀ ਲਾਈਨ ਦੇ ਸਨ। ਫਕੀਰੀ ਲਾਈਨ ਦੇ ਸਨ, ਤੁਸੀਂ ਉਹਨਾਂ ਦੀ ਯਾਦ 'ਚ ਬਣਾਈ ਹੋਈ ਕਬਰ? ਹਾਂਜੀ, ਦਰਬਾਰ ਬਣਾਇਆ ਹੋਇਆ। ਵਾਹ।